ਸੂਚਨਾ ਦੇ ਪ੍ਰਸਾਦਨ ਕੱਤਰ ਸੰਜੀਤ ਚਾਚੂ ਨੇ ਨਵੀਂ ਦਿੱਲੀ ਦੇ ਪ੍ਰਕティ ਮੈਦਾਨ ਚ ਭਾਰਤ ਮੰਡਪਮ ਵਿਖੇ ਵਿਸ਼ਵ ਪੁਸਤਕ ਮੇਲੇ ਵਿੱਚ ਪ੍ਰਕਾਸ਼ਨ ਵਿਭਾਗ ਦੇ ਸਟਾਲ ਦਾ ਉਦਘਾਟਨ ਕੀਤਾ। ਜਾਜੂ ਨੇ ਡਿਵੀਜ਼ਨ ਦੇ ਨਵੰਤਮ ਪ੍ਰਕਾਸ਼ਨਾਂ ਇੰਡੀਅਨ ਇਅਰ ਬੁੱਕ 2024 ਅਤੇ ਕੈਰੀਅਰ ਕਾਲਿੰਗ ਨੂੰ ਵੀ ਜਨਤਕ ਕੀਤਾ। ਉਹਨਾਂ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੇ ਵੱਖ-ਵੱਖਰੇ ਸੰਗ੍ਰਹਿ ਨੂੰ ਵੇਖ ਕੇ ਖੁਸ਼ੀ ਪ੍ਰਗਟਾਈ ਜਿਸ ਵਿੱਚ ਚਾਕ-ਵਾਕ ਵਿਸ਼ਿਆਂ ਦੀ ਭਾਰਤੀ ਭਾਸ਼ਾਵਾਂ ਵਿੱਚ ਇੱਕ ਵਿਸਤ੍ਰਿਤ ਸ਼੍ਰੇਣੀ ਹੈ। ਜਿਸ ਵਿੱਚ 700 ਤੋਂ ਵੱਧ ਕਿਤਾਬਾਂ ਸ਼ਾਮਲ ਨੇ ਇੰਡੀਅਨ ईयर बुक 2024 सालाना संदर्भ गाइड है जिस विच सरकार दिया नीतियां जिसकारीमान नीतिया नु उजागर करके किया गया है इस तु तो इलावा कैरीयर कॉलिंग एक अजिहा महत्वपूर्ण संग्रह है जेड़ा रवायत तो लेके कट ज्ञान रखने वाले तक करियर की खोज करने सहायक साबित हो मुकाबलेबाजी के इस गेड़ उपलब्ध रोज़गार के मौकों बारे जानकारी देने वाले इस किताब ने लोगों का ध्यान अपने वाल खिंच सिवल ते होर प्रतियोगी इम्तिहाना चाहवाना दा मार्गदर्शन करा तो लैके ਸਾਬ ਨੋਚਵਾਨਾਂ ਨੂੰ ਪਾਰ ਦੀ ਤੇਜ਼ੀ ਨਾਲ ਵਧ ਰਹੀ ਅਤੇ ਵਿਸਤ੍ਰਿਤ ਅਰਚਾਰੇ ਦੀਆਂ ਅਸੀਮਤ ਸੰਭਾਵਨਾਵਾਂ ਤੋਂ ਜਾਣੂ ਕਰਵਾਉਂਦੀ ਹੈ ਇਸ ਸਟਾਲ ਵਿੱਚ ਪ੍ਰਕਾਸ਼ਨ ਵਿਭਾਗ ਦੇ ਵਕਵਾਕ ਰਸਾਲੇ ਯੋਜਨਾ ਕੁਰੂ ਖੇਤਰ ਆਜਕਲ ਅਤੇ ਬਾਲ ਪਾਰਤੀ ਸ਼ਾਮਲ ਨੇ ਇਹ ਰਸਾਲੇ ਬਹੁਤ ਸਾਰੇ ਵਿਸ਼ਿਆਂ ਤੇ ਅਤਿ ਆਧੁਨਿਕ ਜਾਣਕਾਰੀ ਪ੍ਰਦਾਨ ਕਰਦੇ ਨੇ